अज लुधियाणा के डीसी दफ्तर के बाहर पटवारियों के निजी सहायकों वालों प्रदर्शन किया गया। इस दौरान भारी संख्या में पहुंचे पटवारियों के निजी सहायकों वालों जिथे अपनियां मंगां नूं लैके मंग पत्र सौंपिया, उत्थे ही उन्होंने रिटायर पटवारियों हुण फिर तो नौकरी ते रखण दा विरोध जताया है। प्रदर्शन कर रहे पटवारियों के निजी सहायकों ने कहा है कि पटवारखानिया के उत्ते काम का बहुत बोझ है, जिस कारण पटवारियों नूं निजी सहायक रखण पै रहे हन। निजी सहायक कई सालों तो काम कर रहे हन जिन्हां नूं काम का पूरा तजर्बा हो चुका है। उन्होंने कहा है कि सरकार रिटायर पटवारियों नूं फिर तो नौकरी ते रखण जा रही है जो काम करन दे समर्थ नहीं हन। उन्होंने कहा है कि रिटायर पटवारियों की जगह उन्हां नूं डीसी रेट ते रखा जाए क्योंकि वह पिछले कई सालों तो काम कर रहे हन अते उन्हां नूं काम का पूरा तजर्बा है। रख रहे ने जी, उन्हां दी विरोधता करदे आ। पंजाब प्रधान हरबीर सिंह ढींडसा जी, पटवारी यूनियन साडे नाल आ पंजाब दी, ਇਹ ਜਿਹੜੇ ਰਿਟਾਇਰ ਪਟਵਾਰੀ ਹੋਏ ਆ 64-65 ਸਾਲ ਦੇ ਆ ਜੀ, ਉਹਨਾਂ ਨੂੰ ਸਰਕਾਰ ਰੱਖਣ ਨੂੰ ਫਿਰਦੀ ਆ, ਜਦਕਿ ਉਹਨਾਂ ਤੋਂ ਕੋਈ ਕੰਮ ਤਾਂ ਹੁੰਦਾ ਨਹੀਂ ਹੈਗਾ ਜੀ। ਉਹ ਸਾਨੂੰ ਕਹਿੰਦੇ ਸਾਡੇ ਨਾਲ ਕੰਮ ਕਰਾਓ, ਅਸੀਂ ਤਾਂ ਹੁਣ ਉਹਨਾਂ ਨਾਲ ਕਰਾ ਨਹੀਂ ਸਕਦੇ। ਸਾਨੂੰ 15-15 18-18 ਸਾਲ ਹੋ ਗਏ ਪੰਜਾਬ ਦੇ ਵਿੱਚ, ਪੂਰੇ ਦੇ ਵਿੱਚ 3000 ਮੁੰਡਾ ਪ੍ਰਾਈਵੇਟ ਕੰਮ ਕਰਦਾ ਜੀ। ਅਸੀਂ ਤਾਂ ਕਹਿੰਦੇ ਸਾਨੂੰ ਡੀਸੀ ਰੇਟਾਂ ਦੇ ਉੱਤੇ ਹੀ ਕੰਮ ਕਰਾ ਦਿਆ ਜਾਵੇ, ਪੱਕਾ ਕਰ ਦਿੱਤਾ ਜਾਵੇ, ਜਾਂ ਕੋਈ ਸਾਨੂੰ ਫੈਸਿਲਿਟੀ ਦਿੱਤੀ ਜਾਵੇ। ਤੁਹਾਨੂੰ ਹੁਣ ਤਨਖਾਹ ਕਿੰਨੀ ਮਿਲਦੀ ਹੈ? ਸਾਨੂੰ ਤਾਂ ਜੀ ਜੋ ਪਟਵਾਰੀ ਦਿੰਦਾ ਵਾ, ਸੈਲਰੀ ਦਿੰਦਾ, ਖਰਚਾ ਦਿੰਦਾ ਵਾ, ਤਾਂ ਸਾਡਾ ਉਹਦੇ ਸਿਰ 'ਤੇ ਗੁਜ਼ਾਰਾ ਚੱਲਦਾ ਜੀ। ਜੇਕਰ ਸਰਕਾਰੀ ਰਿਕਾਰਡ ਹੈ ਤਾਂ ਆਮ ਤੁਹਾਡੇ ਹੱਥ 'ਚ ਫੜਾਇਆ ਜਾਂਦਾ? ਉਹ ਵੀ ਜਿਹੜੇ ਰਿਟਾਇਰ ਹੋ ਗਿਆ ਸਰ, ਉਹ ਵੀ ਪ੍ਰਾਈਵੇਟ 'ਚ ਗਿਣੇ ਜਾਣਗੇ, ਉਹ ਕਿਹੜੇ ਸਰਕਾਰੀ ਹੋ ਜਾਣਗੇ? ਹੁਣ ਉਹ ਵੀ ਜਿਹੜੇ ਰਿਟਾਇਰ ਹੋ ਚੁੱਕੇ ਆ ਉਹ ਪ੍ਰਾਈਵੇਟਾਂ 'ਚ ਹੀ ਆ ਗਏ, ਉਹ ਸਰਕਾਰੀ ਤਾਂ ਨਹੀਂ ਰਹਿ ਗਏ ਸਰ। ਉਹ ਪੈਨਸ਼ਨ ਵੀ ਲੈਂਦੇ ਆ 30-30 ਹਜ਼ਾਰ ਰੁਪਈਆ, ਸਾਨੂੰ ਤਾਂ ਕਹਿੰਦੇ ਸਾਨੂੰ 10 ਹਜ਼ਾਰ ਰੁਪਈਏ ਦੇ ਦੇਵੇ ਸਰਕਾਰ, ਅਸੀਂ ਸਾਡਾ ਰੁਜ਼ਗਾਰ ਤਾਂ ਚੱਲੂਗਾ ਜੀ ਸਾਰੇ ਪੰਜਾਬ ਦਾ। ਦੇਖੋ ਜੀ, ਮੰਗਾਂ ਨਹੀਂ ਮੰਨਣਗੇ ਤਾਂ ਚਲੋ ਅਸੀਂ ਵਿਰੋਧ ਤਾਂ ਕੁਛ ਧਰਨੇ ਦਾ ਲਾ ਨਹੀਂ ਸਕਦੇ, ਨਾ ਅਸੀਂ ਕੁਛ ਕਰ ਸਕਦੇ, ਅਸੀਂ ਕੰਮ ਛੱਡ ਸਕਦੇ ਹਾਂ ਜੀ, ਬਾਕੀ ਸਰਕਾਰ ਦੀ ਮਰਜ਼ੀ ਹੈ ਜੀ। ਹਾਂਜੀ, 15 ਸਾਲ ਹੋ ਗਏ, 20-30 ਸਾਲ ਹੋ ਗਏ। ਦੇਖੋ ਜੀ, ਇਹ ਤਾਂ ਲੋਕਾਂ ਦੀ ਰਾਏ ਲੈ ਸਕਦੀ ਹੈ ਸਰਕਾਰ, ਲੋਕਾਂ ਦੀ ਰਾਏ ਲੈ। ਦੇਖੋ, ਸਾਰੇ ਗਲਤ ਨਹੀਂ ਹੁੰਦੇ ਹੈਗੇ, ਜੇ ਕਹਿੰਦੇ ਕੋਈ ਕਹਿੰਦਾ ਕਰਪਸ਼ਨ ਕਰਦੇ, ਕੋਈ ਕੁਛ ਕਰਪਸ਼ਨ ਕਿਉਂ ਹੁੰਦੀ ਪਈ ਹੈ ਮਜਬੂਰੀ ਨੂੰ, ਸਾਰੇ ਮਜਬੂਰੀ ਨੂੰ ਕਰਦੇ ਪਏ ਆ। ਸਾਰਿਆਂ ਦੀ ਇੰਟਰਵਿਊ ਲੈ ਲਓ, ਲੋਕਾਂ ਦੀ ਰਾਏ ਲੈ ਲਓ, ਜੇ ਲੋਕ ਕਹਿਣਗੇ ਨਹੀਂ ਤਾਂ ਨਾ ਸਹੀ। ਗਵਰਨਮੈਂਟ ਦੇ ਵਿੱਚ ਜੋ ਵੀ ਮੁੰਡੇ ਕੰਮ ਕਰਦੇ ਆ, ਜਿਨ੍ਹਾਂ ਨੂੰ 15-15 ਸਾਲ ਹੋ ਗਏ, ਉਹਨਾਂ ਨੂੰ A to Z ਸਾਰਾ ਕੰਮ ਜਾਣਦੇ ਆ, ਜੇ ਕੁਛ ਨਹੀਂ ਆਉਂਦਾ ਆਪਣੇ ਸੀਨੀਅਰ ਪਟਵਾਰੀ ਨੇ ਜਾਂ ਸਾਰੇ ਇੱਕ ਦੂਜੇ ਦਾ ਸਾਥ ਦਿੰਦੇ ਆ, ਪੁੱਛ ਲੈਂਦੇ ਆ ਜੀ। ਮੇਰਾ ਨਾਮ ਬਸੰਤ ਸਿੰਘ ਆ ਜੀ। ਅਸੀਂ ਸਾਡੀਆਂ ਮੰਗਾਂ ਨੇ ਇਹ ਨੇ ਜੀ, ਅਸੀਂ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਜਿਹੜੇ ਸਹਾਇਕ ਵੀਰ ਇਕੱਠੇ ਹੋਏ ਆ ਪਟਵਾਰੀਆਂ ਨਾਲ ਕੰਮ ਕਰਦੇ ਹਾਂ ਜੀ। ਅਸੀਂ ਘੱਟੋ ਘੱਟ 15-20 ਸਾਲ ਹੋ ਗਏ ਸਾਨੂੰ ਪਟਵਾਰੀ ਸਾਹਿਬਾਨ ਨਾਲ ਕੰਮ ਕਰਦਿਆਂ ਨੂੰ, ਅਤੇ ਹੁਣ ਪਿੱਛੇ ਜੀ 1766 ਰਿਟਾਇਰ ਪਟਵਾਰੀ ਰੱਖੇ ਜਾ ਰਹੇ ਨੇ ਜੀ। ਉਹ ਸਾਡੇ ਜੀ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ। ਅਸੀਂ DC ਸਾਹਿਬ ਨੂੰ ਅਤੇ DRO ਸਾਹਿਬ ਨੂੰ ਮੰਗ ਪੱਤਰ ਦੇਣ ਲਈ ਆਏ ਹਾਂ ਵੀ ਸਾਡੇ ਸਾਨੂੰ ਨੌਕਰੀ ਦਿੱਤੀ ਜਾਵੇ, ਸਾਨੂੰ DC ਰੇਟ 'ਤੇ ਰੱਖਿਆ ਜਾਵੇ ਜੀ। ਅਸੀਂ ਪਿਛਲੇ 15-20 ਸਾਲ ਦੀ ਪੂਰੇ ਤਜਰਬੇਕਾਰ ਬੰਦੇ ਆ, ਸਾਰੇ ਖੜ੍ਹੇ ਨੇ ਜੀ, ਅਸੀਂ ਕੰਮ ਕਰ ਰਹੇ ਹਾਂ ਜੀ, ਅਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਹੁਣ DC ਰੇਟ 'ਤੇ ਭਰਤੀ ਕੀਤਾ ਜਾਵੇ ਜੀ, ਜਿਹੜੀ ਰਿਟਾਇਰ ਪਟਵਾਰੀ ਦੀ ਭਰਤੀ ਉਹ ਕੈਂਸਲ ਕਰੀ ਜਾਵੇ ਜੀ। ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ 300-400 ਮੁੰਡਾ ਕੰਮ ਕਰਦਾ ਜੀ, ਲੁਧਿਆਣੇ ਜ਼ਿਲ੍ਹੇ ਦੇ ਵਿੱਚ। ਪੰਜਾਬ ਦੇ ਵਿੱਚ ਘੱਟੋ ਘੱਟ 2000-2500 ਮੁੰਡਾ ਕੰਮ ਕਰਦਾ ਜੀ। ਹੁਣ ਸਾਡੀ DRO ਸਾਹਿਬ ਨਾਲ ਗੱਲ ਹੋਈ ਹੈ, ਉਹਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਤੁਹਾਡੇ ਮੰਗਾਂ ਪ੍ਰਤੀ ਕੋਈ ਨਾ ਕੋਈ ਕਦਮ ਜ਼ਰੂਰ ਉਠਾਇਆ ਜਾਊਗਾ। ਸਾਡੇ ਸਾਰੇ MLA ਸਾਹਿਬ ਨੂੰ, ਅਸੀਂ ਪੰਜਾਬ ਦੇ ਵਿੱਚ ਘੱਟੋ ਘੱਟ 40 MLA ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਅਤੇ ਰਿਸੀਵਿੰਗ ਲੈ ਚੁੱਕੇ ਹਾਂ, ਅਤੇ ਸਾਰੇ DC ਸਾਹਿਬਾਨ ਨੂੰ ਵੀ ਸਾਡੇ ਜਿਹੜੇ ਸਹਾਇਕ ਪਟਵਾਰੀ ਤੋਂ ਮਿਲ ਰਹੇ ਨੇ ਜੀ, ਅਤੇ ਉਹਨਾਂ ਨੂੰ ਵੀ ਮੰਗ ਪੱਤਰ ਅਸੀਂ ਜਿਵੇਂ ਅੱਜ ਦਿੱਤਾ ਉਹਨਾਂ ਦੇ ਰਹੇ ਹਾਂ। ਪੰਜਾਬ ਤੋਂ 2000-2500 ਮੁੰਡਾ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਜੀ ਪਟਵਾਰੀਆਂ ਦੇ ਨਾਲ, ਅਤੇ ਪੂਰੇ ਤਜਰਬੇਕਾਰ ਬੰਦੇ ਨੇ ਜੀ। ਇਹ ਨਹੀਂ ਹੈਗਾ ਵੀ ਕਿਸੇ ਨੂੰ ਕੰਮ ਨਹੀਂ ਆਉਂਦਾ ਹੈਗਾ, ਸਾਰੇ ਬੰਦਿਆਂ ਨੂੰ ਪੂਰਾ ਤਜਰਬਾ ਹੈ ਕੰਮ ਕਰਨ ਦਾ, ਰਿਕਾਰਡ ਸਾਂਭਣ ਦਾ ਸਾਨੂੰ ਪੂਰਾ ਤਜਰਬਾ ਹੈ, ਅਸੀਂ ਉਹ ਤਜਰਬੇ ਦੇ ਆਧਾਰ 'ਤੇ ਅਸੀਂ ਨੌਕਰੀ ਦੀ ਮੰਗ ਕਰ ਰਹੇ ਹਾਂ। ਲੁਧਿਆਣੇ ਤੋਂ ਰੁਪੇਸ਼ ਕੁਮਾਰ ਦੀ ਰਿਪੋਰਟ, ਅਜੀਤ ਵੈਬ TV। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।